ਵੈਲਕਮ ਬੈਕ ਟੂ ਮਾਈ ਚੈਨਲ ਗਨੂ ਸਕਾਈਕਿੰਗ। ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਪਤੰਗ ਬਣਾ ਕੇ ਦਿਖਾਉਣਾ, ਉਹ ਵੀ ਯੂਨੀਕ ਪਤੰਗ। ਨਾ ਮੈਂ ਵਿੱਚ ਉਹ ਹੈ ਖਾਲੀ ਹੋਏਗੀ ਪਤੰਗ ਸਾਰੀ, ਇਹ ਨਾ ਵਾਜ਼ ਬਣਾ ਕੇ ਦਿਖਾਵਾਂਗਾ ਅਤੇ ਇਹਦੇ ਵਿੱਚ ਨਾ ਇੱਕ ਗੁੱਡਾ ਵੀ ਲੱਗੇਗਾ ਵਿੱਚ। ਇਹਦਾ ਮੈਂ ਉਹ ਪੱਟ ਲਿਆ ਕਿ ਕਿਸ ਤਰ੍ਹਾਂ ਖਾਲੀ ਹੋਏਗੀ ਪਤੰਗ, ਇਸ ਤਰ੍ਹਾਂ। ਇਸ ਤਰ੍ਹਾਂ ਜਿੱਥੇ ਮੈਂ ਪੇਪਰ ਲਾਇਆ ਇੱਥੋਂ ਸਾਰੀ ਖਾਲੀ ਹੋਈ ਹੈਗੀ ਪਤੰਗ, ਅਤੇ ਫਿਰ ਇੱਥੇ ਤੀਲੇ ਲੱਗਣਗੇ ਕਿ ਕਾਗਜ਼ ਇਸ ਤਰ੍ਹਾਂ ਹੀ ਨਾ ਹਵਾ ਜ਼ਰੂਰਤ ਪਵੇ, ਇੱਥੇ ਤੀਲੇ ਲੱਗਣਗੇ ਫਿਰ। ਅਤੇ ਇਹ ਤੁਹਾਨੂੰ ਮੈਂ ਖਾਲੀ ਕਰਕੇ ਅਤੇ ਤੀਲੇ ਲਾ ਕੇ ਵਿਖਾਉਣਾ ਅੱਗੇ। ਪਤੰਗ ਖਾਲੀ ਕਰਤੀ ਪੂਰੀ, ਅਤੇ ਇੱਥੇ ਤੀਲੇ ਵੀ ਲਾ ਤੇ। ਇਹ ਤੁਸੀਂ ਲੱਗਣਾ ਇੱਥੋਂ ਸਟਾਰਟ ਹੋ ਕੇ ਇੱਕ ਤੀਲਾ ਇਸ ਤਰ੍ਹਾਂ ਲੱਗਾ, ਫਿਰ ਦੂਸਰਾ ਤੀਲਾ ਇੱਕ ਇਹ ਪੈਂਦੀ 'ਚ ਲੱਗਾ ਇਸ ਤਰ੍ਹਾਂ, ਇੱਧਰ ਵੀ ਇਸ ਤਰ੍ਹਾਂ ਲੱਗਾ ਅਤੇ ਇਸ ਤਰ੍ਹਾਂ। ਅਤੇ ਹੁਣ ਦੋ ਤੀਲੇ ਲਵਾਂਗੇ, ਇੱਕ ਇਸ ਤਰ੍ਹਾਂ ਇੱਥੇ ਅਤੇ ਥੱਲੜੇ ਹਿੱਸੇ 'ਚ ਵੀ ਇੱਕ ਇਸ ਤਰ੍ਹਾਂ ਲਵਾਂਗਾ। ਮੈਂ ਫੈਵੀਕਵਿਕ ਦੇ ਨਾਲ ਪਹਿਲੇ ਲਾ ਦਾਂਗਾ, ਫੈਵੀਕਵਿਕ ਯੂਜ਼ ਕਰੇ ਹੋਇਆ ਪਤੰਗ 'ਚ। ਥੱਲੜੀ ਸਾਈਡ 'ਤੇ ਲੱਗਣਾ, ਇਹ ਤੀਲੇ ਦੇ ਉੱਤੇ ਨਹੀਂ ਲੱਗਣਾ, ਇਹ ਥੱਲੇ ਲੱਗਣਾ ਅਤੇ ਇੱਧਰੋਂ ਦੇ ਉੱਤੇ। ਹੁਣ ਇਸ ਤਰ੍ਹਾਂ ਇਹ ਤੀਲੇ ਲੱਗ ਗਏ ਪੂਰੇ ਇਸ ਤਰ੍ਹਾਂ, ਉਹਨਾਂ ਨੂੰ ਥੋੜ੍ਹੀ ਦੇਰ ਬਸ ਸੁੱਕਣ ਦੇਵਾਂਗੇ। ਤੁਹਾਨੂੰ ਮੈਂ ਲਾਗੋ ਵਿਖਾ ਦੇਣਾ, ਇਸ ਤਰ੍ਹਾਂ ਤੀਲੇ ਲਏ ਹੋਏ ਇਹਨੂੰ ਪਤੰਗ, ਇੱਥੇ ਲੜਾ ਤੀਲਾ ਇੱਕ, ਇਹ ਵੇਖੋ ਤੀਲਾ ਇੱਥੋਂ ਦੀ ਸਟਾਰਟ ਹੁੰਦਾ ਅਤੇ ਇਹਦੇ ਥੱਲੋਂ ਦੀ ਨਿਕਲ ਕੇ ਅਤੇ ਇੱਥੇ ਜਾ ਕੇ ਖਤਮ ਹੋ ਜਾਂਦਾ ਤੀਲਾ, ਅਤੇ ਇੱਧਰ ਵੀ ਇਸ ਤਰ੍ਹਾਂ ਹੀ ਹੈਗਾ। ਅਤੇ ਇੱਕ ਆਹ ਤੀਲਾ ਲੱਗਾ ਹੈ ਥੱਲੜੇ ਪੈਂਦੀ ਦੇ ਸੈਂਟਰ ਵਿੱਚ, ਅਤੇ ਇਹ ਉੱਪਰਲੇ ਹਿੱਸੇ ਦੇ ਸੈਂਟਰ ਦੇ ਵਿੱਚ ਆਹ ਤੀਲਾ ਲੱਗਾ ਕਿ ਜਦੋਂ ਆਹ ਹਵਾ ਚੁੱਡੇ ਨਾ ਅਤੇ ਆਹ ਹਿੱਸਾ ਨਾ ਪਿੱਛੇ ਨੂੰ ਨਾ ਆਈਏ ਤਾਂ ਕਰਕੇ। ਅਤੇ ਅੱਗੇ ਹੁਣ ਇਹਦੇ ਲੱਗੇਗਾ, ਇੱਥੇ ਇੱਕ ਗੁੱਡਾ ਲੱਗੇਗਾ ਇੱਥੋਂ ਦੀ, ਅਤੇ ਇੱਥੇ ਸਟਾਰ ਲੱਗੇਗਾ ਜਾਂ ਇੱਥੇ ਵੀ ਵੇਖਾਂਗਾ, ਸ਼ਾਇਦ ਮੈਂ ਗੁੱਡਾ ਹੀ ਲਾਦਾ ਇੱਥੇ ਵੀ ਇੱਕ ਹੋਰ। ਪਤੰਗ ਵਿੱਚੋਂ ਖਾਲੀ, ਵਿੱਚੋਂ ਤਾਂ ਖਾਲੀ ਹੋ ਗਈ, ਤੀਲੇ ਵੀ ਲੱਗ ਗਏ ਸਾਡੇ, ਹੁਣ ਇੱਥੇ ਲੱਗੇਗਾ ਗੁੱਡਾ ਲੱਗੇਗਾ। ਗੁੱਡਾ ਮੈਂ ਕੱਟ ਲਿੱਤਾ, ਇਹ ਗੁੱਡਾ ਲੱਗੇਗਾ ਇਸ ਤਰ੍ਹਾਂ, ਇਸ ਤਰ੍ਹਾਂ ਲੱਗੇਗਾ ਅਤੇ ਇੱਥੇ ਉੱਤੇ ਸਟਾਰ ਲੱਗੇਗਾ। ਅਤੇ ਆਹ ਮੈਂ ਗੁੱਡੇ 'ਤੇ ਪਹਿਲੇ ਡਿਜ਼ਾਈਨ ਕੱਢ ਦਿੰਦਾ ਥੋੜ੍ਹਾ।
ਗਿਆ ਹੁਣ ਇਹਦੇ ਵਿੱਚ। ਹੁਣ ਇੱਕ ਇੱਥੇ ਲੱਗੇਗਾ, ਸਟਾਰ ਲੱਗੇਗਾ ਹੁਣ ਇਹਦੇ ਵਿੱਚ ਇੱਕ। ਇਹ ਸਟਾਰ ਬਣਾ ਲਿਆ ਅਤੇ ਇਹ ਸਟਾਰ ਲੱਗੇਗਾ ਇੱਥੇ ਇਸ ਤਰ੍ਹਾਂ, ਇਸ ਤਰ੍ਹਾਂ ਲੁੱਕ ਆਏਗੀ ਪਤੰਗ ਦੀ, ਲੁੱਕ ਵਧੀਆ ਲੱਗਣ ਦੀ ਵੈਸੇ। ਅਤੇ ਇੱਥੇ ਮੈਂ ਪਹਿਲੇ ਇਹ ਲਾ ਦਿੰਦਾ ਚੇਪੀਆਂ ਜੀ, ਡਿਜ਼ਾਇਨਿੰਗ ਕਰ ਲੈਂਦਾ ਨਾ ਥੋੜ੍ਹੀ ਜਿਹੀ। ਡਿਜ਼ਾਇਨਿੰਗ ਹੋ ਗਈ ਪਤੰਗ ਦੀ, ਹੁਣ ਬਸ ਇੱਥੇ ਸਟਾਰ ਲੱਗਣਾ। ਵੀ ਦੋ ਤੀਲੇ ਲਾਣੇ ਪੈਣੇ ਆ, ਫੇਰ ਹੀ ਆ ਖਲੋਣਾ ਜਾ ਕੇ ਸਟਾਰ। ਤੀਲੇ ਲਾਉਣ ਦੀ ਫਿਰ ਲੋੜ ਹੈ ਜੇ ਇਹਦੇ ਥੱਲੜੇ ਖਿਲਾਰਨੇ ਹੋਣ, ਜੇ ਤਾਂ ਇੰਝ ਆਵਾਜ਼ ਉੱਡਦੇ ਰਹਿਣ ਭਾਵੇਂ ਫਿਰ ਨਾ ਹੀ ਲਾਓ, ਫਿਰ ਵੀ ਉੱਡ ਜਾਏਗੀ ਤਾਂ। ਪਰ ਨਹੀਂ ਤੀਲੇ ਲੱਗੇ ਹੋਣਗੇ ਨਾ, ਜ਼ਿਆਦਾ ਵਧੀਆ ਲੱਗੇਗੀ ਤਾਂ। ਇਸ ਤਰ੍ਹਾਂ ਕਰਕੇ ਐਡੇ ਐਡੇ ਲੱਗਣਗੇ, ਇੱਕ ਐਡੇ ਇਸ ਤਰ੍ਹਾਂ ਇੱਥੇ ਲੱਗ ਜਾਏਗਾ ਅਤੇ ਇਸ ਤਰ੍ਹਾਂ ਹੀ ਇੱਧਰ ਲੱਗ ਜਾਏਗਾ ਬਸ। ਆਹ ਦੇਖੋ ਆ ਖਲੋ ਗਿਆ ਨਾ ਇੱਕ ਇਹਦਾ ਪੈਰ, ਉਹ ਦੂਸਰੀ ਸਾਈਡ ਵੀ ਇਸ ਤਰ੍ਹਾਂ ਹੀ। ਖਲੋ ਗਿਆ ਸਟਾਰ, ਲੁੱਕ ਚੈੱਕ ਕਰੋ ਤੰਗ।
ਆ ਦੇਖੋ ਨਾ ਇਹ ਦੋਨੋਂ ਹਵਾ ਚ ਖੜੋ ਗਏ ਫਿਰ, ਨਹੀਂ ਤਾਂ ਇਹਨਾਂ ਨੇ ਹਿੱਲੀ ਜਾਣਾ ਸੀ ਅਸਰ। ਤੰਗ ਕੁੜੀ ਕੰਪਲੀਟ ਹੋ ਗਈ, ਬਸ ਤੇਲ ਲੱਗਣੀ ਹੈ, ਉਹ ਵੀ ਤੁਹਾਨੂੰ ਮੈਂ ਲਾ ਕੇ ਵਿਖਾਉਣਾ ਉਹਨੇ। ਤੰਗ ਕੰਪਲੀਟ ਹੋ ਗਈ ਪੂਰੀ, ਅਤੇ ਲੁੱਕ ਚੈੱਕ ਕਰੋ ਤੰਗ ਦੀ, ਹੁਣ ਕਿੰਨੀ ਵਧੀਆ ਲੱਗਣ ਦੀ, ਪੂਰਾ ਡਿਟੇਲਿੰਗ 'ਚ ਕੰਮ ਆ ਤੰਗ ਦੇ। ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ, ਅਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ। ਮਿਲਦੇ ਹਾਂ ਨੈਕਸਟ ਵੀਡੀਓ 'ਚ।